हेलो, हाँ जी, सत श्रीकाल जी। सत श्रीकाल। हाँ जी, मैं दसन लगी सी जेडे कहने बाथरूम बहुत आउंदा ना। हाँ जी, क्रेनबेरी दा जूस पीण, एक महीना पीण ते आंटी अद्धे दे ग्लास पी ले सकदे आ ना, ठीक। ओदे नाल बाथरूम जेड़ा ज्यादा आउंदा ओ रुक जाऊंगा जी। ते पित्त जेड़ा फैटी लिवर दा आ ओ पित्त पापड़ा चड़ैता ते अबला चीज ते पनीर डोडी आ, इनू पानी विच भिओ के ते ए पी लैण, एदे नाल फैटी लिवर बहुत छेती ठीक होंदा जी। ए कीता होया आ ठीक करके दुख लैण जी। एक मैं पुछन लगी सी, जेड़ा हड्डी क्रैक हुई हुंदी आ ते ओहदा जे किसे नूं इलाज पता होवे तां जरूर दस्सिओ, ते दूसरा जेड़ा गोडा घुम्मिया होया ओहदा दस्सिओ। जरूर जी, जरूर। थैंक यू जी। किरण, सत श्री अकाल। हेलो जी, सत श्री अकाल जी। सत श्री अकाल जी, मैं पुछना सी पैरां दे विच बर्निंग बहुत होंदी आ जदों बंद शू पाउंदे आ। ਹਾਂਜੀ ਹਾਂਜੀ। ਦੋ ਤਿੰਨ ਘੰਟੇ ਬਾਅਦ ਬਰਨਿੰਗ ਸੈਂਸੇਸ਼ਨ ਆਉਂਦੀ ਹੈ, ਤੇ ਇਸ ਦਾ ਕਿਸੇ ਨੂੰ ਇਲਾਜ ਪਤਾ ਹੋਵੇ ਤਾਂ ਪਲੀਜ਼ ਦੱਸਣਾ। ਠੀਕ ਹੈ, ਵੈਸੇ ਦੱਸਿਆ ਕਿਸੇ ਨੇ ਵਰਤਿਆ ਵੀ ਹੈਗਾ, ਸਰੋਂ ਦੇ ਤੇਲ ਦੇ ਵਿੱਚ ਮੁਸ਼ਕ ਪੂਰ ਪਾ ਕੇ, ਨਿੰਬੂ ਪਾ ਕੇ 2-3 ਦਿਨ ਬਾਹਰ ਰੱਖਣਾ ਤੇ ਪੈਰਾਂ ਨੂੰ ਮਲਣਾ, ਉਹਨਾਂ ਨੂੰ ਆਰਾਮ ਆਇਆ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਉਹ ਚਾਹ ਦਾ ਦੱਸਣਾ ਸੀਗਾ। ਹਾਂਜੀ, ਮੈਨੂੰ ਨੀ ਪਤਾ ਕਿਸੇ ਨੇ ਹੋਰ ਵੀ ਦੱਸਿਆ ਹੋਵੇ, ਮੈਂ ਵੀ ਦੱਸਿਆ ਸੀ, ਮੈਂ ਦੱਸ ਦਿੰਦੀ। ਆਪਣੇ ਬਣਾ ਦੇ ਪੱਤੇ ਵੀ ਕਹਿੰਦੇ ਪੰਜਾਬੀ, ਹਿੰਦੀ ਚ ਨਿਰਗੁੰਡੀ ਕਹਿੰਦੇ ਆ। ਤੇ ਜਿਹੜੇ ਜਿਨ੍ਹਾਂ ਦਾ ਆਪਾਂ ਬਾਥਰੂਮ ਨਹੀਂ ਹੈਗਾ ਵਾ, ਇਹ ਨੈਟਲ ਦੀ ਟੀ ਮਿਲ ਜਾਂਦੀ ਹੈ, NETTLE, ਨੈਟਲ ਟੀ। ਇਹ ਟੀ ਵੀ ਪੀ ਸਕਦੇ ਆ, ਨੈਟਲ ਦੇ ਸੀਡ ਵੀ ਮਿਲ ਜਾਂਦੇ ਆ। ਤੇ ਉਹ ਉਹਨਾਂ ਪਾਊਡਰ ਬਣਾ ਕੇ, ਟੀ ਬਣਾ ਕੇ, ਭਿਓ ਕੇ ਉਹਨਾਂ ਨੂੰ ਸੋਕ ਕਰਕੇ ਉਹ ਵੀ ਪੀ ਸਕਦੇ ਆ। ਤੇ ਇੱਕ, ਹਾਂਜੀ, ਤੇ ਹੱਕ ਸਾਡੇ ਇੱਥੇ ਨਿਊਯਾਰਕ 'ਚ ਹੈਗਾ, ਕੌਣ ਤਾਂ ਜਿਹਨੂੰ ਰਾਣੀ ਭੈਣ ਜੀ ਨੂੰ ਚਾਹੀਦਾ ਭੇਜ ਦੂੰਗੀ। ਠੀਕ ਹੈ। ਕਿਉਂਕਿ ਅਸੀਂ ਵਰਤਿਆ ਸੀ, ਫਿਰ ਮੈਂ ਕਾਲੇ ਦਾਗਾਂ ਦਾ ਉਹਨਾਂ ਨੂੰ ਇੰਨਾ ਚੰਗਾ ਦੱਸਿਆ, ਪਤਾ ਨੀ ਉਹਨਾਂ ਸੁਣਿਆ ਨਹੀਂ। ਹੁਣ ਨਹੀਂ ਮੈਂ ਦੱਸ ਸਕਦੀ, ਮੰਗਲਵਾਰ ਦੱਸ ਦਿਆਂਗੀ ਦੋ ਨੁਸਖੇ। ਹੁਣ ਮੈਂ ਤੁਹਾਨੂੰ ਇੰਨਾ ਹੀ ਦੱਸਣ ਲੱਗੀ ਆ, ਪੀ ਜਿਹੜਾ ਟੀਕਾ ਹੈ ਨਾ, ਉਹ ਮੇਰੇ ਬੇਟੇ ਨੂੰ 2 ਤਸੋਰ ਦਿੱਤੇ ਸਨ, ਤੇ ਉਹਦਾ ਮਾਂ ਸੁੱਜ ਗਈ ਵਿਚਾਰੇ ਦੀ। ਤੇ ਮੈਂ ਹੀਟ ਪੈਰ ਦਿੱਤੀ, ਤੇ ਮੈਂ ਜਿਹੜਾ 12-13 ਚੀਜ਼ਾਂ ਵਾਲਾ ਤੇਲ ਸੜਿਆ ਸੀ ਉਹਦੀ ਮਾਲਿਸ਼ ਕਰਦੀ ਰਹੀ, ਤੇ ਗਰਮ ਪਤੇ 2 ਦਿਨ ਹੀ ਲੱਗੇ, ਐਡੀ ਮੋਟੀ ਮੁੰਡੇ ਦੀ ਬਾਂਹ ਹੋ ਗਈ, ਮੈਂ ਭਾਵੇਂ ਪੱਕ ਜਾ ਤੇ ਉਦੋਂ ਕੰਮ ਖਰਾਬ ਹੋ ਜਾਏਗਾ। ਉਹ 2 ਇੱਕੇ ਜਗ੍ਹਾ ਤੇ ਹੀ ਲਾ ਤੇ ਇੱਕੇ ਪਾਸੇ ਉਹਨਾਂ ਨੇ, ਠੀਕ। ਤੇ ਉਹ ਆਰਾਮ ਆ ਗਿਆ ਮਿੰਟਾਂ ਦੇ ਵਿੱਚ ਹੀ, 2 ਦਿਨਾਂ 'ਚ ਹੀ ਆਰਾਮ ਆ ਗਿਆ। ਹੀਟ ਪੈਰ ਦੇਣ ਤੇ ਤੇਲ ਮਣੇ ਜਿਹੜੇ ਭਾਜੀ ਦੱਸ ਗਏ ਨਾ, ਫਲੈਰੀ ਦਵਾਈ ਲੁਪਰੀ ਕਾਹਦੇ ਵਾਸਤੇ ਦੱਸੀ, ਉਹਨੇ ਤੁਹਾਡਾ ਪਾਣੀ ਵੀ ਪਏਗਾ। ਉਹ ਮਾਵਾਂ ਸਾਡੀਆਂ ਬਣਾਉਣੀ ਹੁੰਦੀਆਂ ਸੀ, ਉਹ ਭਾਜੀ ਦੱਸ ਨੀ ਗਏ ਹੁਣ ਚਿਕਾਗੋ, ਉਹ ਤੇਲ ਹੁਣ ਪਾਣੀ ਵਿੱਚ ਡਰ ਨਹੀਂ ਰੱਖ, ਦੱਸ ਕੇ ਪਾਣੀ ਥੋੜਾ ਜਿਹਾ ਪਏਗਾ, ਉਹ ਲੁਪਰੀ ਬਣ ਜਾਏਗੀ, ਉਹ ਬੰਨੋ ਉਹਦੇ ਉੱਤੇ। ਜਿਹੜਾ ਮੇਰਾ ਨੁਕਸਾ ਲਿਵਰ ਵਾਲਾ ਨੇ, ਮੈਂ ਤਾਂ ਇੱਕੋ ਇਹ ਦੱਸਾਂਗੀ, ਇੱਕ ਦਾਖਾਂ ਨਾਲ ਹੀ ਆਰਾਮ ਆ ਗਿਆ, ਇੱਕ ਚੀਨ ਆਰਾਮ ਨਹੀਂ ਆਏਗਾ। ਇੱਕ ਤਾਂ ਸਵੇਰੇ ਸਵੇਰੇ ਨਿਰਣੇ ਕਾਲਜੇ ਪਪੀਤਾ ਖਾਣ, ਪਪੀਤਾ ਪੱਕਿਆ ਰਸਿਆ ਆ, ਕੱਚਾ ਨਹੀਂ ਖਾਣਾ। ਇੱਕ ਕੱਚੀ ਹਲਦੀ, ਜਿੰਨੀ ਲੀਵਰ ਠੀਕ ਕਰਨਾ ਨੇ, ਮੈਂ ਕਈ ਵਾਰ ਦੱਸਿਆ ਸਾਡੇ ਮੁੰਡਾ ਜਿਹੜਾ ਕੰਮ ਕਰਦਾ ਵੇਲਾ ਹਲਦੀ ਨਾਲ ਬਚ ਗਿਆ, ਸਲਾਦ 'ਚ ਵੀ ਪਾ ਲੈਣ, ਵੈਸੇ ਵੀ ਉਹ ਖਾ ਲੈਣ, ਕੁੱਟ ਕੇ ਵਿੱਚ ਪਾਣੀ ਪਾ ਕੇ ਤੇ ਕੱਢ ਕੇ ਉਹਦਾ ਰਸ ਤੇ ਉਹ ਵੀ ਪੀ ਸਕਣ। ਜਿਹੜੀ ਲੌਕੀ ਦਾ ਜੂਸ ਹੈ ਨਾ, ਹਰਾ ਧਨੀਆ ਤੇ ਅੱਧਕ ਪਾ ਕੇ ਨਾ ਕਾਲੀ ਮਿਰਚ ਪਾ ਕੇ ਜੂਸ ਇੱਕ ਗਲਾਸ ਰੋਜ਼ ਪੀਵੇ, ਜਿਹੜੀ ਇਹਦੇ ਨਾਲ ਤੇ ਲੀਵਰ ਇੰਨਾ, ਮੈਨੂੰ ਘਰ ਆ ਮੁੰਡਾ ਆਖਣ ਆਇਆ ਰਾਜਸਥਾਨੀ, ਵਿਚਾਰੇ ਸਾਰਾ ਲੀਵਰ ਹੀ ਖਰਾਬ ਹੋ ਗਿਆ, ਇਸੇ ਨੁਸਖੇ ਨਾਲ ਠੀਕ ਹੋ ਗਿਆ। ਜੇ ਉਹਨਾਂ ਨੇ ਕਹਿੰਦਾ ਇੱਕ ਡਰਿੰਕ ਮੀਟ ਗਰਮ ਚੀਜ਼ ਤਲੀ ਜਿਹੜੀ ਕੋਈ ਵੀ ਇਹ ਨਹੀਂ ਖਾਣੀ ਚਾਹੀਦੀ, ਲੀਵਰ ਵਾਲਿਆਂ ਵਾਸਤੇ ਦੀ ਜ਼ਹਿਰ ਹੈ ਸ਼ਰਾਬ ਸਰੂਪ। ਇੱਕ ਪਿੱਤ ਪਾਪੜਾ ਜਿਹੜਾ ਨਾ ਚਮਚਾ ਰੋਜ਼ ਜ਼ਰੂਰ ਪੀਣ, ਜੋ ਲੀਵਰ ਇੱਕ ਆਪਣੀ ਇੰਨੀ ਕੀਮਤ, ਸਾਰੇ ਅੰਗ ਹੀ ਆਪਣੇ ਕੀਮਤੀ ਨੇ, ਪਰ ਲੀਵਰ ਤੁਹਾਨੂੰ ਪਤਾ ਕੀ। ਜਦੋਂ ਇੱਕ ਮੈਂ ਹੋਰ ਦੱਸਾਂਗੀ, ਸਾਡਾ ਇੱਥੇ ਮਰੀਜ਼ ਬੜਾ ਖਰਾਬ ਹੋਇਆ, ਜਦੋਂ ਭੁੱਖ ਜ਼ਿਆਦਾ ਨਹੀਂ ਨਾ ਲੱਗਦੀ ਆਪਾਂ ਨੂੰ, ਤਾਂ ਉਹਨਾਂ ਨੂੰ ਲੀਵਰ ਜ਼ਰੂਰ ਚੈੱਕ ਕਰਾਉਣਾ ਚਾਹੀਦਾ। ਉਹ ਮੁੰਡੇ ਵਿਚਾਰੇ ਦੇ ਐਵੇਂ ਹੀ ਸੀ, ਤੇ ਉਹ ਵਿਚਾਰੇ ਨੂੰ ਫਿਰ ਆਪਣੇ ਲੀਵਰ 'ਚ ਨੁਕਸ ਨਿਕਲਿਆ, ਭੁੱਖ ਨਹੀਂ ਲੱਗਦੀ, ਉਹ ਮੈਦਾ ਜੋ ਖਰਾਬ ਹੋ ਗਿਆ। ਠੀਕ। ਤੇ ਇੱਕ ਬਸ ਮੈਂ 3-4 ਨੁਸਖੇ ਦੱਸੇ ਨੇ, ਇੱਕ ਹਲਦੀ ਜਿੰਨੀ ਹੋ ਸਕੇ ਯੂਜ਼ ਕਰਨ, ਇੱਕ ਆਪਣਾ ਜਿਹੜਾ ਪਪੀਤਾ ਸਵੇਰੇ ਖਾਣ,
ਇੱਕ ਆਪਣਾ ਕਰਨ ਦੇ ਇੱਕ ਮੈਂ ਦੱਸਣ ਲੱਗੀ ਸੀ ਤੁਹਾਨੂੰ ਥੋੜਾ ਜਿਹਾ ਨੁਕਸਾ ਸੀ ਹੋਰ ਤੁਹਾਡੇ ਜਿਹੜਾ ਟਾਈਮ ਹੋ ਜਾਂਦਾ ਉਸੇ ਲਈ ਗੁਰਦੀਪ ਕੌਰ ਨਾਲ ਗੱਲ ਕਰਦੇ ਤੁਸੀਂ ਹਾਂ ਤੁਹਾਡੇ ਪਿੱਛੇ ਵੀ ਹੈਗੇ ਹੋਰ ਦੱਸ ਦੋ ਉਹਨਾਂ ਨਾਲ ਕਰ ਲਓ ਫਿਰ ਰਹਿਣ ਦੋ ਦੱਸ ਦੋ ਜੇ ਜਿੱਤੇ ਆ ਤਾਂ ਮਿਧ ਕੇ ਪੁਣ ਕੇ ਕਾਲੀ ਮਤਲਬ ਨਮਕ ਪਾ ਕੇ ਤੇ ਖਾਓ ਬੋਇਲ ਚੀਜ਼ਾਂ ਸਾਰੀਆਂ ਛੱਡ ਦਿਓ ਅਦਰਕ ਤੇ ਚਕੰਦਰ ਚ ਪਾ ਕੇ ਨਾ ਗਾਜਰ ਦੇ ਵਿੱਚ ਤੇ ਉਹਨੂੰ ਕਾਲੀ ਮਤਲਬ ਨਮਕ ਉਹ ਵੀਣੇ ਦੇ ਨਾਲ ਬੜਾ ਛੇਤੀ ਉਹਨੂੰ ਆਰਾਮ ਆਇਆ ਮੇਰੀ ਬੇਟੀ ਨੇ ਇੱਕ ਐਪਲ ਸਾਈਡਰ ਜਿਹੜਾ ਰੋਜ਼ ਦੁਪਹਿਰ ਦੀ ਰੋਟੀ ਨਾਲ ਇੱਕ ਚਮਚ ਪਾ ਘੋਲ ਕੇ ਪਾਣੀ ਤੇ ਰੋਟੀ ਨਾਲ ਖਾਓ ਪੀਣ ਕਰਨ ਬਿਲਕੁਲ ਤੇ ਵਾਈ ਚੀਜ਼ ਬਿਲਕੁਲ ਅੱਠਾਂ ਦਸਾਂ ਦਿਨਾਂ 'ਚ ਉਹਨਾਂ ਨੂੰ ਪਤਾ ਲੱਗ ਜਾਏਗਾ ਇਸੇ ਨੁਕਸਾ ਨਿੱਕਾ ਜਿਹਾ ਨੁਕਸਾ ਠੀਕ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਹੈ ਜੀ